ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਪੰਜਾਬ ਅੰਦਰ ਬੱਚਿਆਂ ਨਾਲ ਜ਼ਿੰਦਗੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਅਜਿਹਾ ਇੱਕ ਮਾਮਲਾ ਦੁਰਾਹਾ ਦਾ ਸਾਹਮਣੇ ਆਇਆ ਹੈ ਜਿੱਥੇ ਦੋ ਪ੍ਰਵਾਸੀ ਲੜਕਿਆਂ ਨੇ ਆਪਣੇ ਹੀ ਰਿਸ਼ਤੇਦਾਰ ਮਾਮੇ ਦੀ 7.5 ਸਾਲਾਂ ਦੀ ਲੜਕੀ ਨਾਲ ਬਲਾਤਕਾਰ ਕਰਨ ਮਗਰੋਂ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਮੇਰੀ ਜਾਣਕਾਰੀ ਅਨੁਸਾਰ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਘਰੇਲੂ ਕੰਮ ਕਰਦੀ ਹੈ ਅਤੇ ਉਸਦੇ 4 ਲੜਕੇ ਅਤੇ 3 ਲੜਕੀਆਂ ਹਨ ਉਹ ਆਪਣੇ ਪਤੀ ਦੇ ਬੱਚਿਆਂ ਨਾਲ ਘਰ ਵਿੱਚ ਮੌਜੂਦ ਸੀ ਕਿ ਦੁਪਹਿਰ 3-4 ਵਜੇ ਉਸਦੇ ਪਤੀ ਦਾ ਭਾਂਜਾ ਉਸਦੇ ਘਰ ਆਇਆ ਅਤੇ ਉਸਦੇ ਪਤੀ ਨਾਲ ਬੈਠ ਕੇ ਸ਼ਰਾਬ ਪੀਤੀ ਕੁਝ ਸਮੇਂ ਬਾਅਦ ਜਦੋਂ ਉਸਦਾ ਪਤੀ ਕਿਸੇ ਕੰਮ ਲਈ ਘਰੋਂ ਬਾਹਰ ਚਲਾ ਗਿਆ ਤਾਂ ਉਸਦੇ ਉਸਦੀ ਲੜਕੀ ਨੂੰ ਜ਼ਬਰਦਸਤੀ ਆਪਣੇ ਨਾਲ ਅਗਵਾ ਕਰਕੇ ਕਿਤੇ ਲੈ ਗਿਆ ਇਸ ਤੋਂ ਬਾਅਦ ਉਹ ਘਰ ਨਹੀਂ ਪਰਤੀ ਪਰਿਵਾਰਕ ਮੈਂਬਰਾਂ ਵੱਲੋਂ ਭਾਲ ਕਰਨ ਤੇ ਜਦੋਂ ਬੱਚੀ ਨਹੀਂ ਮਿਲੀ ਤਾਂ ਇਸ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ ਜਿਸ ਤੇ ਪੁਲਿਸ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਦੋ ਲੜਕੀਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਫੋਨ ਕਰਕੇ ਕਿਹਾ ਵੀ ਇੱਥੇ ਐਂ ਕਰਕੇ ਕਿਸੇ ਨੇ ਕੁੜੀ ਦੇ ਮਾਰਤੀ ਜਦ ਅਸੀਂ ਇੱਥੇ ਆਕੇ ਜਾ ਕੇ ਦੇਖਿਆ ਪੁਲਿਸ ਆਈ ਹੋਈ ਸੀਗੀ ਜਾਣੀ ਬੱਚੀ ਹੋਣੀ 6-7 ਸਾਲ ਦੀ ਉਹਦਾ ਜਾਣੀ ਕਿ ਡੈੱਡ ਬੋਡੀ ਦੇਖ ਕੇ ਐਂ ਲੱਗ ਰਿਹਾ ਸੀਗਾ ਵੀ ਉਹਦਾ ਬਲਾਤਕਾਰ ਹੋਇਆ ਬਾਅਦ 'ਚੋਂ ਗਲਾ ਘੁੱਟ ਕੇ ਮਾਰੀ ਹੋਈ ਆ ਅਤੇ ਬਾਅਦ 'ਚ ਸਿਰ 'ਤੇ ਇੱਟ ਵੀ ਮਾਰੀ ਹੋਈ ਸੀ ਉਹਦੇ ਸਿਰ ਦੇ ਉੱਤੇ ਕਿੰਨੇ ਕੁ ਚਿਰ ਦੀ ਬੱਚੀ ਸੀ ਵੀਰੇ ਬੱਚੀ ਹੋਣੀ 6-7 ਸਾਲ ਦੀ 6-8 ਸਾਲ ਦੇ ਵਿੱਚ ਦੀ ਹੋਣੀ ਕੀ ਹੈਗਾ ਕੀ ਇੱਥੇ ਜਿਹੜੀ ਜਿੱਥੇ ਹੋਇਆ ਕੀ ਖੰਡਰ ਖੁੰਡਰ ਕੀ ਹੈ ਇਹ ਵੀਰੇ ਮਾਰਕ ਫੈਡ ਵਾਲਿਆਂ ਦੇ ਖਾਲੀ ਗਦਾਮ ਨੇ ਇਹ ਇੱਥੇ ਹੋਰ ਵੀ ਵਾਰਦਾਤਾਂ ਹੁੰਦੀਆਂ ਨੇ ਨਹੀਂ ਵੀਰੇ ਵਾਰਦਾਤ ਇੱਥੇ ਜਿਹੜੀ ਇਹ ਜਗ੍ਹਾ ਸੀਗੀ ਕਿਸੇ ਨੂੰ ਨਹੀਂ ਪਤਾ ਸੀ ਤਾਂ ਪਹਿਲੀ ਵਾਰ ਦੇਖੀ ਹੈ ਜਗ੍ਹਾ ਵੀ ਇੱਥੇ ਐਂ ਕਰਕੇ ਅੰਦਰ ਕੋਈ ਜਗ੍ਹਾ ਵੀ ਹੈਗੀ ਆ ਜਿਹੜਾ ਮੁੰਡਾ ਕੁੜੀ ਨੂੰ ਮਾਰਿਆ ਵਾ ਜਣਾ ਉਹ ਮਾਮਾ ਲੱਗਦਾ ਇਹਦਾ ਅਤੇ ਆਪਦੀ ਇਹਦੀ ਭੈਣ ਲੱਗਦੀ ਹੈ ਮੁੰਡੇ ਦੀ ਅਤੇ ਉਹਨੂੰ ਲੈ ਕੇ ਆਉਣਾ ਸਵੇਰੇ ਇੱਥੇ 4 ਵਜੇ ਦਾ ਜੀ ਮੈਂ ਤਾਂ ਸੁਣਨ 'ਤੇ ਆਇਆ ਬਲਾਤਕਾਰ ਕੀਤੇ ਉਸ ਤੋਂ ਬਾਅਦ ਤਾਂ ਹੀ ਮਾਰਤਾ ਫਿਰ ਇਹ ਦੋ ਅਕਿਊਜ਼ ਨੇ ਇੱਕ ਵਿਨੋਦ ਅਤੇ ਇੱਕ ਰੋਹਿਤ ਕੁਮਾਰ ਇਹਨਾਂ ਨੇ ਇੱਕ ਮਾਈਨਰ ਗਰਲ 7-8 ਸਾਲ ਦੀ ਨਿੱਕੂ ਕੁਮਾਰੀ ਅਤੇ ਉਹਨੂੰ ਇੱਥੋਂ ਲਿਜਾ ਕੇ ਬਦਲਾ ਕੇ ਕਿਡਨੈਪ ਕਰਕੇ ਲਿਜਾ ਕੇ ਅਤੇ ਉਹਦੇ ਨਾਲ ਰੇਪ ਕੀਤਾ ਅਤੇ ਉਹਦਾ ਮਰਡਰ ਕਰਤਾ ਅਤੇ ਪਰਚਾ ਅਸੀਂ ਦਰਜ ਕਰ ਲਿਆ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼